ਦੇਖੋ ਸਾਡੇ ਨਾਲ ਪ੍ਰਚਾਰਕ ਵੀਰ ਨੇ ਭਾਈ ਮਨਮੋਹਨ ਸਿੰਘ ਜੀ, ਜਿਨ੍ਹਾਂ ਨਾਲ ਵਿਚਾਰਾਂ ਵੀ ਸਾਂਝੀ ਕੀਤੀਆਂ ਤੁਸੀਂ ਸਾਡੇ ਚੈਨਲ 'ਤੇ ਦੇਖ ਸਕਦੇ ਹੋ, ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ। ਭਾਈ ਸਾਹਿਬ ਜੀ, ਆਪ ਜੀ ਨਾਲ ਅੱਜ ਵਿਚਾਰਾਂ ਸਾਂਝੀ ਕੀਤੀਆਂ ਬਹੁਤ ਸੋਹਣੀ ਲੱਗੀਆਂ। ਆਪ ਜੀ ਮੈਨੂੰ ਦੱਸੋ ਕਿ ਆਪ ਜੀ ਕਿਵੇਂ ਜੁੜੇ ਕਿ ਮੈਂ ਪ੍ਰਚਾਰ ਕਰਨਾ, ਲੋਕਾਂ ਨੂੰ ਸੰਗਤ ਨੂੰ ਗੁਰਬਾਣੀ ਨਾਲ ਜੋੜਨਾ, ਕਿਵੇਂ ਮਨ ਦੇ ਵਿੱਚ ਇਹ ਆਇਆ ਫੁਰਨਾ? ਸਭ ਤੋਂ ਪਹਿਲਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਮੈਂ ਆਪਣੇ ਥੋੜ੍ਹੀ ਜਿਹੀ ਪਿੱਛੋਂ ਗੱਲ ਜੋੜਾਂਗਾ ਵੀ ਮੈਂ ਆਇਆ ਕਿਵੇਂ ਇੱਧਰ। ਜੋ ਤੁਸੀਂ ਸਵਾਲ ਕੀਤਾ ਮੈਂ ਉਹਨੂੰ ਪੂਰਾ ਕਰਾਂਗਾ ਛੋਟੇ ਜਿਹੇ ਲਫਜ਼ਾਂ ਦੇ ਵਿੱਚ। ਮੇਰੇ ਪਿੰਡ ਦੇ ਵਿੱਚ ਇੱਕ ਵੀਰ ਝਾੜੂ ਸੇਵਾ ਕਰਦੇ ਸਨ, ਜਿਵੇਂ ਮਤਲਬ ਕਹਿਣਾ ਵੀ ਕਿਸੇ ਦੇ ਘਰ ਸਰੂਪ ਜਾਣਾ ਗੁਰਦੁਆਰਾ ਸਾਹਿਬ ਤੋਂ, ਤਾਂ ਰਸਤੇ ਦੇ ਵਿੱਚ ਉਹਨਾਂ ਨੇ ਸਫਾਈ ਕਰਨੀ ਹੈ, ਉਹਨੇ ਕਲੀ ਪਾਣੀ ਹੈ, ਉਹ ਸਫਾਈ ਕਰਦੇ ਸੀਗੇ। ਅਤੇ ਜਿਵੇਂ ਨੌਜਵਾਨਾਂ ਦੀ ਲੋੜ ਸੀਗੀ ਤਾਂ ਉਹਨਾਂ ਵੀਰਾਂ ਨੇ ਕੀ ਕੀਤਾ ਵੀ ਨੌਜਵਾਨ ਤਾਂ ਚਾਹੀਦੇ ਹੀ ਹੈ ਉਹਨਾਂ ਨੂੰ, ਕਿਉਂਕਿ ਸੇਵਾ ਕਰਨੀ ਹੁੰਦੀ ਹੈ, ਸਵੇਰੇ ਸਵੇਰੇ ਝਾੜੂ ਮਾਰਨਾ ਆ, ਹੈ ਨਾ, ਕਲੀ ਪਾਉਣੀ ਹੈ, ਨੌਜਵਾਨਾਂ ਬਿਨਾਂ ਕੰਮ ਨਹੀਂ ਚੱਲਣਾ। ਉਹਨਾਂ ਨੇ ਮੇਰੇ ਘਰ ਪਹੁੰਚ ਕੀਤੀ, ਉਹ ਵੀਰ ਮੇਰੇ ਘਰ ਆਉਣ ਲੱਗ ਗਏ, ਉਹਨਾਂ ਨੇ ਮੈਨੂੰ ਸੁੱਤੇ ਨੂੰ ਉਠਾਉਣਾ, ਮੈਨੂੰ ਦਿੱਕਤ ਤਾਂ ਬੜੀ ਹੋਣੀ ਇੱਕ ਵਾਰੀ, ਉਹਨਾਂ ਨੇ ਮੈਨੂੰ ਸਵੇਰੇ ਸੁੱਤੇ ਨੂੰ ਉਠਾਉਣਾ, ਅਤੇ ਚਲੋ ਹੌਲੀ ਹੌਲੀ ਹਿੰਮਤ ਜੀ ਕੀਤੀ, ਜਿਵੇਂ ਬਲ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ, ਹੈ ਨਾ, ਤਿਆਰ ਹੋਏ, ਮਨ ਤਿਆਰ ਕੀਤਾ, ਅਸੀਂ ਚੱਲਣਾ ਸ਼ੁਰੂ ਕੀਤਾ। ਤਾਂ ਫਿਰ ਜਿਵੇਂ ਜਿਵੇਂ ਸੇਵਾ ਸ਼ੁਰੂ ਕਰਨੀ ਤਾਂ ਉਸ ਤੋਂ ਹੌਲੀ 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 ਗੁਰਦੁਆਰਾ ਸਾਹਿਬ 'ਚ ਆਉਣ ਲੱਗ ਪਏ ਅਸੀਂ। ਗੁਰਦੁਆਰਾ ਸਾਹਿਬ ਆਉਣ ਦੇ ਨਾਲ ਹੌਲੀ ਹੌਲੀ ਮੇਰੇ ਪ੍ਰਚਾਰਕ ਵੀਰ, ਮੇਰੀ ਟੀਮ ਦੇ, ਉਹਨਾਂ ਨੇ ਮੈਨੂੰ ਗੁਰਬਾਣੀ ਬਾਰੇ ਮਾੜੇ ਮੋਟੀ ਗੱਲ ਦੱਸੀ, ਮੈਂ ਸੁਣਨਾ ਸ਼ੁਰੂ ਕੀਤਾ, ਮੈਨੂੰ ਚੰਗੀਆਂ ਲੱਗਣ ਲੱਗੀਆਂ ਗੱਲਾਂ ਉਹ ਵਾਲੀਆਂ। ਜਿਵੇਂ ਜਿਵੇਂ ਮੈਨੂੰ ਗੱਲਾਂ ਚੰਗੀਆਂ ਲੱਗਣ ਲੱਗੀਆਂ, ਮੇਰਾ ਮਨ ਬਣਿਆ ਬਈ ਉਸ ਮੇਰੇ ਕੋਲਜ ਹੈ ਜੀ, ਗੁਰਮਤਿ ਗਿਆਨ ਮਿਸ਼ਨਰੀ ਕੋਲਜ ਲੁਧਿਆਣਾ, ਉੱਥੇ ਜਾਣ ਤੋਂ ਪਹਿਲਾਂ ਮੇਰੇ ਘਰ ਸੇਵਾ ਆ ਚੁੱਕੀ ਸੀ ਵੀ ਸਹਿਜ ਪਾਠ ਦੀ ਸੇਵਾ, ਜਿਹੜੇ ਸਹਿਜ ਪਾਠ ਕਰਵਾਉਂਦੇ ਨੇ, ਹੈ ਨਾ, ਸ਼ਬਦਾਰਥ ਪੋਥੀਆਂ ਦੇਣੀਆਂ ਸੰਗਤਾਂ ਨੂੰ ਅਤੇ ਬੱਚਿਆਂ ਨੇ ਸਹਿਜ ਪਾਠ ਕਰਨਾ ਘਰਾਂ ਦੇ ਵਿੱਚ, ਉਹ ਸੇਵਾ ਮੇਰੇ ਘਰ ਆ ਗਈ। ਅਤੇ ਮੇਰਾ ਮਨ ਕੀਤਾ ਵੀ ਜਿਹੜੀ ਸੇਵਾ ਘਰ ਵਿੱਚ ਆਈ ਇਹਨੂੰ ਹੋਰ ਸੋਹਣੇ ਤਰੀਕੇ ਨਾਲ ਕਿਵੇਂ ਪ੍ਰਚਾਰਿਆ ਅਤੇ ਪ੍ਰਸਾਰਿਆ ਜਾਵੇ, ਤਾਂ ਉਸ ਸਿਸਟਮ ਨੂੰ, ਉਸ ਸੇਵਾ ਨੂੰ ਸੋਹਣੇ ਤਰੀਕੇ ਵਿੱਚ ਸਮਾਜ 'ਚ ਪੇਸ਼ ਕਰਨ ਦੇ ਲਈ ਮੈਂ ਗੁਰਮਤਿ ਗਿਆਨ ਮਿਸ਼ਨਰੀ ਕੋਲਜ ਲੁਧਿਆਣਾ ਦੇ ਵਿੱਚ ਐਡਮਿਸ਼ਨ ਲੈ ਲਿਆ, ਅਤੇ ਉੱਥੋਂ ਮੈਂ ਆਪਣਾ ਕੋਰਸ ਪੂਰਾ ਕਰਕੇ ਆਇਆ, ਅਤੇ ਹੌਲੀ ਹੌਲੀ ਇਸ ਤਰ੍ਹਾਂ ਦੇ ਨਾਲ ਮੈਂ ਸੰਗਤ ਦੇ ਵਿੱਚ ਵਿਚਰ ਆਇਆ। ਹੁਣ ਅਸੀਂ ਸਕੂਲਾਂ ਦੇ ਵਿੱਚ, ਹਰਿਆਣੇ ਦੇ ਵਿੱਚ ਮੈਂ ਆਪਣੀ ਸੇਵਾ ਨਿਭਾਉਂਦਾ ਹਾਂ। ਇੱਕ ਲੁਧਿਆਣੇ ਦਾ ਟਰੱਸਟ ਹੈ ਜੀ, ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ, ਇੰਟਰਨੈਸ਼ਨਲ ਟਰੱਸਟ ਹੈ, ਬੜੀ ਸੋਹਣੀ ਸੇਵਾ, ਹਾਂਜੀ, ਜਸਵਿੰਦਰ ਸਿੰਘ ਖਾਲਸਾ ਜੀ, UK ਵਾਲਿਆਂ ਦਾ, ਬੜੀ ਸੋਹਣੀ ਸੇਵਾ ਉਹ ਨਿਭਾਉਂਦੇ ਨੇ, ਬੱਚਿਆਂ ਦੀ ਸਕੋਲਰਸ਼ਿਪ ਲਾਉਣੀ, ਹੈ ਨਾ, ਬੱਚਿਆਂ ਨੂੰ ਪੜ੍ਹਾਉਣਾ, ਬੱਚਿਆਂ ਦੇ ਆਨੰਦ ਕਾਰਜ ਕਰਾਉਣੇ ਗੁਰਮਤਿ ਦੇ ਅਨੁਸਾਰ, ਅਤੇ ਉਸ ਟਰੱਸਟ ਦੇ ਨਾਲ ਮੈਂ ਸੇਵਾ ਨਿਭਾ ਰਿਹਾ ਹਾਂ। ਅਤੇ ਉਹ ਸੇਵਾ ਨਿਭਾਉਂਦੇ ਨੇ, ਜਿਵੇਂ ਉਹ ਮੈਨੂੰ ਸੇਵਾ ਕਹਿੰਦੇ ਨੇ ਵੀ ਕਰੀ ਚੱਲੋ ਜਾਂ ਬੱਚਿਆਂ ਦੀ ਕਲਾਸਾਂ ਲਾਓ, ਅਸੀਂ ਉਹ ਸੇਵਾ ਸਮਾਜ ਵਿੱਚ ਨਿਭਾ ਰਹੇ ਹਾਂ। ਅਤੇ ਹਰਿਆਣੇ ਦੇ ਯੂਥ ਕਾਉਂਸਲਰ, YC ਕਹਿੰਦੇ ਆ, ਯੂਥ ਕਾਉਂਸਲਰ ਦੀ ਸੇਵਾ ਹਰਿਆਣੇ ਦੀ ਮੈਨੂੰ ਮਿਲੀ ਹੋਈ ਹੈ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਅਤੇ ਟਰੱਸਟ ਮੈਨੂੰ ਸੇਵਾ ਦੇ ਰਿਹਾ ਹੈ, ਅਤੇ ਮੈਂ ਉਹ ਸੇਵਾ ਨਿਭਾ ਰਿਹਾ ਹਾਂ। ਇੱਦਾਂ ਸਕੂਲਾਂ ਤੱਕ ਬੱਚਿਆਂ ਦੀ ਪਹੁੰਚ ਕਰਨੀ, ਬੱਚਿਆਂ ਨੂੰ ਗੁਰਮਤਿ ਮੁਕਾਬਲਿਆਂ ਵਿੱਚ ਭਾਗ ਦਿਵਾਉਣੇ, ਅਤੇ ਬੱਚਿਆਂ ਦੇ ਇਮਤਿਹਾਨ ਲੈਣੇ, ਬੱਚਿਆਂ ਨੂੰ ਪ੍ਰਾਈਜ਼ ਦੇਣੇ, ਇਸ ਤਰ੍ਹਾਂ ਮੈਂ ਸਮਾਜ ਵਿੱਚ ਵਿਚਰ ਰਿਹਾ ਹਾਂ ਜੀ। ਬਹੁਤ ਵਧੀਆ ਜੀ। ਅਤੇ ਇਸ ਸਮੇਂ ਇਸ ਪਿੰਡ ਦੇ ਵਿੱਚ, ਇਸ ਪਿੰਡ ਦੇ ਵਿੱਚ ਕਿੰਨੇ ਬੱਚੇ ਜਿਹੜੇ ਨੇ ਗੁਰਬਾਣੀ ਸੰਥਿਆ ਕਰ ਰਹੇ ਨੇ? ਮੈਂ, ਮੇਰੀ ਭੈਣ ਜੀ ਨੇ ਪਹਿਲਾਂ ਹੀ ਦੱਸਤਾ ਸੀਗਾ ਵੀ ਸਾਡੇ ਘਰ ਰਜਿਸਟਰ ਲੱਗਾ ਹੋਇਆ ਹੈ, ਅਸੀਂ ਕਾਪੀ ਲਾਈ ਹੋਈ ਹੈ ਜਿਹਦੇ ਵਿੱਚ ਮਤਲਬ ਕਿ ਬੱਚਿਆਂ ਨੇ ਸਹਿਜ ਪਾਠ ਆਰੰਭ ਕੀਤੇ ਅਤੇ ਪਰਿਵਾਰਾਂ ਨੇ ਆਰੰਭ ਕੀਤੇ। ਅਸੀਂ ਸ਼ੁਰੂਆਤ ਵਿੱਚ ਨਾਮ ਦਰਜ ਕਰਨੇ ਸ਼ੁਰੂ ਕਰ ਦਿੱਤੇ ਤਾਂ ਕਿ ਜਿਹੜੇ ਬੱਚੇ ਸੈਂਚੀ ਲੈ ਕੇ ਜਾਂਦੇ ਨੇ ਸਾਨੂੰ ਪਤਾ ਰਹੇ ਵੀ ਸੈਂਚੀ ਕਿੰਨਾ ਦੇ ਕਰ ਗਈ ਹੈ, ਤਾਂ ਫਿਰ ਬਦਲਣ ਆਉਂਦੇ ਨੇ, ਫਿਰ ਪਤਾ ਲੱਗ ਜਾਂਦਾ ਆ। ਤਾਂ ਲਗਭਗ 500 ਦੇ ਕਰੀਬ ਪਰਿਵਾਰ ਹੈ ਜਿਹੜੇ ਆਪਣੇ ਬਿਗੜ ਪਿੰਡ ਦੇ ਵਿੱਚ ਸਹਿਜ ਪਾਠ ਕਰ ਰਹੇ ਨੇ, ਕਿਸੇ ਨੇ ਕਰ ਲਏ ਆ, ਕੋਈ ਆਰੰਭ ਕਰਦਾ ਆ, ਕੋਈ ਭੋਗ ਪਾਉਂਦਾ, ਇੱਦਾਂ ਲਗਾਤਾਰ ਚੱਲ ਰਹੇ ਨੇ। ਹਾਂਜੀ, ਇਹਨਾਂ 500 ਪਰਿਵਾਰਾਂ ਦੇ ਵਿੱਚ ਤੁਸੀਂ ਮੈਨੂੰ ਕੁਛ ਐਗਜ਼ਾਮਪਲ ਦੱਸ ਸਕਦੇ ਹੋ, ਕੋਈ ਦੱਸ ਸਕਦੇ ਹੋ ਕਿ ਹਾਂ ਇਹ ਪਰਿਵਾਰ ਉਹ ਨੇ ਜਿਨ੍ਹਾਂ ਦਾ ਪਹਿਲੇ ਜੀਵਨ ਕੁਛ ਹੋਰ ਸੀ ਲੇਕਿਨ ਹੁਣ ਉਹਨਾਂ ਦਾ ਜੀਵਨ ਬਦਲ ਗਿਆ? ਜਿਵੇਂ ਕੋਈ ਵੀਰ ਇਹੋ ਜਿਹਾ ਸੀ ਜਿਹੜਾ ਪਹਿਲੇ ਨਸ਼ੇ ਕਰਦਾ ਸੀ ਜਾਂ ਕੇਸ ਕੱਢਦਾ ਸੀ, ਇਹ ਗੁਰਬਾਣੀ ਪੜ੍ਹਦੇ ਹੋਏ, ਗੁਰਬਾਣੀ ਪੜ੍ਹਨ ਤੋਂ ਬਾਅਦ, ਸਹਿਜ ਪਾਠ ਕਰਨ ਤੋਂ ਬਾਅਦ ਉਹਦਾ ਜੀਵਨ 'ਚ ਤਬਦੀਲੀ ਆਈ, ਕੋਈ ਇਹੋ ਜਿਹਾ ਐਗਜ਼ਾਮਪਲ ਦੇ ਸਕਦੇ ਹੋ? ਹਾਂਜੀ ਹਾਂਜੀ, ਸਾਡੇ ਨਾ ਇੱਥੇ ਲਾਗੇ ਹੀ ਵੀਰ ਨੇ, ਸਾਡੇ ਆਪਣੇ ਹੀ ਨੇ, ਸਹਿਜ ਤਾਂ ਸਾਰੇ ਗੁਰੂ ਸਾਹਿਬ ਨੇ ਦੱਸਿਆ ਵੀ ਸਾਰੇ ਆਪਣੇ ਆ, ਸਾਡੇ ਘਰਾਂ 'ਚੋਂ ਨੇ ਉਹ, ਅਤੇ ਰਣਜੀਤ ਵੀ ਰਿਹਾ, ਭਾਈ ਜੀਤਪਾਲਾ ਵੀ ਰਿਹਾ, ਇਹਨਾਂ ਨੇ ਪਹਿਲਾਂ ਮਤਲਬ ਨਸ਼ਾ ਵੀ ਕਰਦੇ ਹੁੰਦੇ ਸੀਗੇ, ਅਤੇ ਜਿਹਦੇ ਜਿਵੇਂ ਉਹਨਾਂ ਨੇ ਸਾਨੂੰ ਵੇਖਿਆ, ਹੈ ਨਾ, ਅਸੀਂ ਉਹਨਾਂ ਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਤਾਂ ਗੁਰੂ ਦੀ ਸੰਗਤ ਕਰਕੇ ਉਹਨਾਂ ਨੇ ਸਰੂਪ ਸੰਭਾਲਿਆ, ਗੁਰੂ ਸਾਹਿਬ ਦਾ ਬਖਸ਼ਿਸ਼ ਕੀਤਾ ਹੋਇਆ, ਅੰਮ੍ਰਿਤਧਾਰੀ ਹੋ ਗਏ ਨੇ ਹੁਣ ਉਹ ਦੋਵੇਂ ਵੀਰ, ਅਤੇ ਹੋਰ ਪਰਿਵਾਰ ਜਿਹੜੇ ਹੈਗੇ ਨੇ ਉਹ ਅੰਮ੍ਰਿਤਧਾਰੀ ਹੋਏ ਨੇ, ਮਾਤਾਵਾਂ ਪੈਣੀਆਂ ਹੋਈਆਂ ਨੇ, ਬੱਚੇ ਹੁਣ ਕੀਰਤਨ ਕਰਦੇ ਨੇ ਸ਼ਾਮ ਨੂੰ, ਇਹ ਹੌਲੀ ਹੌਲੀ ਸੰਗਤ ਦਾ ਰੰਗ ਚੜ ਰਿਹਾ, ਗੁਰੂ ਸਾਹਿਬ ਦਾ ਰੰਗ ਚੜ ਰਿਹਾ ਉਹਨਾਂ ਬੱਚਿਆਂ ਦੇ ਉੱਤੇ। ਅਤੇ ਗੁਰਦੁਆਰਾ ਕਮੇਟੀ ਵੱਲੋਂ ਆਸ ਪਿੰਡ ਦੇ, ਤੁਹਾਡੇ ਆਈ ਥਿੰਕ ਇੱਕੋ ਗੁਰਦੁਆਰਾ, ਪਹਿਲਾਂ ਤਾਂ ਮੈਨੂੰ ਦੱਸੋ ਕਿੰਨੇ ਗੁਰਦੁਆਰਾ ਸਾਹਿਬ ਨੇ ਪਿੰਡ ਦੇ ਵਿੱਚ? ਇਸ ਬਿਗੜ ਪਿੰਡ ਦੇ ਵਿੱਚ ਇੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ, ਜਿਹੜਾ ਕਿ ਮਤਲਬ ਕਿ ਐਵੇਂ ਕਹਿ ਲਓ ਵੀ ਨਾਮੁਮਕਿਨ ਮਾਤਰ ਪਿਆ ਹੋਇਆ, ਖਾਲੀ ਪਿਆ ਹੋਇਆ, ਉੱਥੇ ਕੋਈ ਸੰਗਤ ਨਹੀਂ ਹੈ, ਉਹ ਛੋਟੀ ਬਿਗੜ ਵਿੱਚ ਆਉਂਦਾ, ਉੱਥੋਂ ਦਾ ਏਰੀਆ ਕੁਝ ਇਹੋ ਜਿਹਾ ਆ ਵੀ ਜਿੱਥੇ ਲੋਕ ਬਿਲਕੁਲ ਵੀ ਗੁਰੂ ਸਾਹਿਬ ਨਾਲ ਪਿਆਰ ਨਹੀਂ ਕਰਦੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਬਿਲਕੁਲ ਵੀ ਨਹੀਂ ਪਤਾ। ਅਤੇ ਇਸ ਪਿੰਡ ਦੇ ਵਿੱਚ
ਗੱਲ ਇਹ ਹੈ ਜਿੰਨੀ ਦੇਰ ਤੱਕ ਸਾਡੀ ਸੋਚ ਇਹ ਨਹੀਂ ਬਣੇਗੀ ਕਿ ਬੱਚਿਆਂ ਨੂੰ ਅਸੀਂ ਅੱਗੇ ਲੈ ਕੇ ਜਾਣਾ ਆ, ਉੱਨੀ ਦੇਰ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕੋਈ ਸਹਿਯੋਗ ਨਹੀਂ ਦੇਣਗੀਆਂ। ਹੁਣ ਵੀ ਜੂਨ ਦਾ ਮਹੀਨਾ ਚੱਲ ਰਿਹਾ ਆ, ਗੁਰਮਤ ਕੈਂਪ ਆ ਜਿਹੜੇ ਉਹ ਲਗਾਤਾਰ ਸਕੂਲਾਂ ਵਿੱਚ ਗੁਰਦੁਆਰਿਆਂ ਵਿੱਚ ਲੱਗ ਰਹੇ ਨੇ, ਦੇਖਦੇ ਹਾਂ ਅਸੀਂ ਆਪ ਲਾਉਂਦੇ ਹਾਂ, ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਕੋਈ ਸਹਿਯੋਗ ਨਹੀਂ ਹੈ ਵੀ ਅਸੀਂ ਵੱਧ ਚੜ੍ਹ ਕੇ ਬੱਚਿਆਂ ਨੂੰ ਕੈਂਪ ਲਵਾਈਏ ਗੁਰਮਤ ਦਾ ਅਤੇ ਬੱਚਿਆਂ ਨੂੰ ਸਮਝਾਈਏ, ਕੋਈ ਸਹਿਯੋਗ ਨਹੀਂ ਹੈ। ਹਾਂਜੀ, ਆਉਣ ਵਾਲੇ ਸਮੇਂ 'ਤੇ ਆਪਾਂ ਉਮੀਦ ਕਰ ਸਕਦੇ ਹਾਂ ਕਿ ਇਹੋ ਜਿਹੇ ਸੂਝਵਾਨ ਵੀਰ ਕਮੇਟੀ ਦੇ ਵਿੱਚ ਆਉਣਗੇ ਜਿਹੜੇ ਇਸ ਸਿਸਟਮ ਨੂੰ ਚੇਂਜ ਕਰਨਗੇ, ਤੁਹਾਨੂੰ ਕੀ ਲੱਗਦਾ? ਮੈਂ ਆਪਣੇ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ, ਨੌਜਵਾਨ ਵੀਰਾਂ ਨੂੰ, ਨੌਜਵਾਨ ਭੈਣਾਂ ਨੂੰ, ਜਿਹੜੇ ਇਹ ਸੋਚ ਰੱਖਦੇ ਨੇ ਕਿ ਸਾਡੇ ਬੱਚੇ ਆ ਜਿਹੜੇ ਉਹ ਚੰਗੀ ਸੋਚ ਰੱਖਣ, ਗੁਰੂ ਸਾਹਿਬ ਦੇ ਮੁਤਾਬਕ ਆਪਣਾ ਜੀਵਨ ਸੱਚਾ ਸੁੱਚਾ ਆਚਰਨ ਬਣਾਉਣ ਅਤੇ ਬਤੀਤ ਕਰਨ। ਜੇ ਉਹ ਸੋਚ ਲੈ ਕੇ ਆਉਣੀ ਹੈ ਤਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਪੜ੍ਹਿਆ ਲਿਖਿਆ ਨੂੰ ਸਾਹਮਣੇ ਆਉਣਾ ਪਏਗਾ, ਉਹੀ ਇਹ ਬਦਲ ਸਕਦੇ ਨੇ। ਪੁਰਾਣੀ ਸੋਚ ਵਾਲੇ ਜਿਹੜੇ ਬਜ਼ੁਰਗ ਆ ਉਹ ਉੱਥੋਂ ਤੱਕ ਖੜ੍ਹੇ ਹੋਏ ਨੇ, ਮੈਂ ਤਾਂ ਇਹੋ ਹੀ ਕਹਾਂਗਾ ਜੀ। ਬਹੁਤ ਧੰਨਵਾਦ ਜੀ। ਸੋ ਸਾਡੇ ਨਾਲ ਹੋਰ ਵੀ ਨੌਜਵਾਨ ਵੀਰ ਨੇ, ਅਸੀਂ ਇਹਨਾਂ ਤੋਂ ਹੀ ਵਿਚਾਰ ਲੈਂਦੇ ਹਾਂ। ਹਾਂਜੀ ਵੀਰ ਜੀ, ਆਪ ਜੀ ਆਪਣੇ ਬਾਰੇ ਦੱਸੋ ਜੀ, ਆਪ ਜੀ ਦਾ ਕੀ ਨਾਮ ਹੈ ਜੀ? ਮੇਰਾ ਨਾਮ ਧਰਮਪ੍ਰੀਤ ਸਿੰਘ ਹੈ ਜੀ। ਅਤੇ ਆਪ ਜੀ ਕੀ ਸਟੱਡੀ ਕਰ ਰਹੇ ਹੋ ਜੀ? ਮੈਂ ਇਸ ਟਾਈਮ ਗੁਰਮਤ ਦਾ ਕੋਰਸ ਕਰ ਰਿਹਾ ਜੀ, ਤਬਲੇ ਦਾ ਜੀ। ਗੁਰਮਤ ਦਾ ਕਿਹੜੀ ਜਗ੍ਹਾ ਤੋਂ ਕਰ ਰਹੇ ਹੋ ਵੀਰ ਜੀ? ਦਮਦਮਾ ਸਾਹਿਬ ਤੋਂ ਜੀ। ਅਤੇ ਕਿੰਨਾ ਸਮਾਂ ਹੋ ਗਿਆ ਆਪ ਜੀ ਨੂੰ ਕੋਰਸ ਕਰਦੇ ਹੋਏ, ਅਤੇ ਅੱਗੇ ਆਪ ਜੀ ਨੇ ਕੀ ਸੋਚਿਆ, ਆਪਣਾ ਫਿਊਚਰ ਪਲਾਨ ਕੀ ਸੋਚਿਆ ਹੋਇਆ? ਹੁਣ ਮੈਨੂੰ 1 ਸਾਲ ਹੋ ਗਿਆ ਜੀ ਕੋਰਸ ਕਰਦੇ ਨੂੰ, 3 ਸਾਲ ਦਾ ਕੋਰਸ ਆ। ਜਦੋਂ ਇਹ ਕੋਰਸ ਕੰਪਲੀਟ ਹੋਏਗਾ ਉਸ ਤੋਂ ਬਾਅਦ ਮੈਂ ਸੋਚ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਸਟੱਡੀ ਕਰਨ ਬਾਰੇ ਸੋਚ ਰਿਹਾ ਜੀ। ਹਾਂਜੀ। ਆਪ ਜੀ ਨੇ ਦਸਤਾਰ ਪੱਗ ਬਹੁਤ ਸੋਹਣੀ ਬਣੀ ਹੋਈ ਹੈ, ਕਿੱਥੋਂ ਬਣਨੀ ਸਿੱਖੀ ਪਹਿਲਾਂ ਤਾਂ ਇਹ ਦੱਸੋ। ਇਹ ਆਪਣੇ ਆਪ ਸਿੱਖੀ ਹੈ ਜੀ, ਕਿਸੇ ਤੋਂ ਨਹੀਂ ਸਿੱਖੀ। ਹਾਂਜੀ। ਕਿੰਨਾ ਸਮਾਂ ਹੋ ਗਿਆ ਵੀ ਦਸਤਾਰ ਸ਼ੁਰੂ ਤੋਂ? ਆਪ ਜੀ ਦਸਤਾਰ ਸਜਾ ਰਹੇ ਹੋ ਨਿੱਕੇ ਹੁੰਦੇ ਤੋਂ? ਹਾਂਜੀ, ਮੈਂ 4th ਕਲਾਸ ਤੋਂ ਸਜਾ ਰਹੀ ਦਸਤਾਰ। ਅੰਮ੍ਰਿਤ ਕਦੋਂ ਛਕਿਆ ਆਪ ਜੀ ਨੇ? ਬਚਪਨ 'ਚ ਮਾਤਾ ਪਿਤਾ ਜੀ ਨੇ ਜਦੋਂ ਅੰਮ੍ਰਿਤ ਛਕਿਆ ਸੀ, ਨਾਲ ਸਾਨੂੰ ਵੀ ਚੁੱਲ੍ਹੇ ਛਕਾਏ ਸੀਗੇ ਜੀ। ਉਸ ਤੋਂ ਬਾਅਦ ਮੈਂ 7th ਕਲਾਸ ਦੇ ਵਿੱਚ ਆ ਕੇ ਪੂਰਨ ਅੰਮ੍ਰਿਤ ਛਕਿਆ ਸੀਗਾ। ਤਬਲੇ ਦੀ ਕਲਾਸ ਤੋਂ ਇਲਾਵਾ ਹੋਰ ਵੀ ਕੁਛ ਆਪ ਜੀ ਸਿੱਖ ਰਹੇ ਹੋ, ਜਿਵੇਂ ਗੁਰਬਾਣੀ ਦੀ ਸੰਥਿਆ ਜਾਂ ਹੋਰ ਵੀ ਕੁਛ ਆਪ ਜੀ ਕਰ ਰਹੇ ਹੋ? ਹਾਂਜੀ, ਗੁਰਬਾਣੀ ਦੀ ਸੰਥਿਆ, ਗੁਰਬਾਣੀ, ਇਤਿਹਾਸ ਵਗੈਰਾ ਸਭ ਕੁਛ ਕਰ ਰਹੇ ਹਾਂ ਉਹਦੇ ਵਿੱਚ। ਹਾਂਜੀ ਵੀਰ ਜੀ, ਸਹੀ ਦੱਸਿਓ ਕਿ ਕਿੰਨਾ ਸਮਾਂ ਹੋ ਗਿਆ ਆਪ ਜੀ ਨੂੰ ਗੁਰਬਾਣੀ ਸੰਥਿਆ ਕਰਦੇ ਹੋਏ, ਅਤੇ ਕਦੀ ਮਨ ਦੇ ਵਿੱਚ ਡਰ ਤਾਂ ਹੀ ਲੱਗੇ, ਕਿਉਂਕਿ ਨਾ ਮੈਂ ਕਈ ਪਿੰਡਾਂ ਵਿੱਚ ਗਿਆ, ਉੱਥੇ ਕਈ ਵੀਰਾਂ ਨੇ, ਭੈਣਾਂ ਨੇ ਤਾਂ ਦੱਸਣਾ ਹੀ ਹੈ, ਲੇਕਿਨ ਵੀਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਨਾ ਡਰਾਇਆ ਗਿਆ ਸੀਗਾ ਕਿ ਜੇ ਤੁਸੀਂ ਗੁਰਬਾਣੀ ਪੜ੍ਹੋ ਹੋ ਗਲਤ ਪੜੇਗੀ, ਪਾਪ ਲੱਗੂਗਾ। ਕਦੀ ਇਹੋ ਜਿਹਾ ਮਨ 'ਚ ਵੀ ਡਰ ਸੀਗਾ ਕਦੀ ਇਹੋ ਜਿਹਾ? ਨਹੀਂ ਜੀ, ਇਹੋ ਜਿਹਾ ਮਨ 'ਚ ਕੋਈ ਕਦੀ ਵੀ ਡਰ ਨਹੀਂ ਸੀਗਾ, ਕਿਉਂਕਿ ਬਚਪਨ ਦੇ ਵਿੱਚ ਮੰਮੀ ਨੇ ਸੰਥਿਆ ਦਿੱਤੀ ਸੀਗੀ ਜਪਜੀ ਸਾਹਿਬ ਦੀ, ਉਸ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੰਥਿਆ ਕਰਨ ਲੱਗ ਗਏ ਸੀਗੇ। ਉਸ ਤੋਂ ਬਾਅਦ ਸਹਿਜ ਪਾਠ ਵੀ ਕੀਤਾ ਜੀ, ਅਖੰਡ ਪਾਠ ਦੀਆਂ ਰੋਲਾਂ ਵੀ ਲਾਈਆਂ, ਹੁਣ ਕਾਲਜ ਦੇ ਵਿੱਚ ਸੰਥਿਆ ਵੀ ਕਰਵਾ ਰਹੇ ਆ ਜੀ। ਤਾਂ ਕਦੇ ਵੀ ਮਨ ਦੇ ਵਿੱਚ ਇਹ ਡਰ ਨਹੀਂ ਆਇਆ, ਸਗੋਂ ਜੋ ਵੀ ਕਹਿੰਦਾ ਵੀ ਮੈਂ ਪੜੂੰਗਾ ਗਲਤ ਤਾਂ ਮੇਰੇ ਤੋਂ ਪਾਪ ਲੱਗੂਗਾ ਮੈਨੂੰ, ਪਰ ਉਹਨੂੰ ਅਸੀਂ ਕਹਿੰਦੇ ਹਾਂ ਵੀ ਤੂੰ ਜੇ ਇੱਕ ਵਾਰੀ ਗਲਤ ਪੜੇਗਾ ਦੁਬਾਰਾ ਤੇਰੇ ਤੋਂ ਸਹੀ ਪੜਿਆ ਜਾਊਗਾ, ਕਿਉਂਕਿ ਜਦੋਂ ਬੱਚਾ ਪਹਿਲੀ ਵਾਰ ਸਕੂਲ ਜਾਂਦਾ ਉਹ ਪਹਿਲੇ ਦਿਨ ਹੀ ਫਸਟ ਨਹੀਂ ਆ ਜਾਂਦਾ ਹੈਗਾ, ਤਾਂ ਕਰਕੇ ਉਹ ਹੌਲੀ ਹੌਲੀ ਜਦੋਂ ਮਿਹਨਤ ਕਰਦਾ ਤਾਂ ਉਦੋਂ ਹੀ ਉਹਨੂੰ ਮਿਹਨਤ ਦਾ ਫਲ ਮਿਲਦਾ ਜੀ। ਜੀ, ਮੈਂ ਤੁਹਾਡੇ ਕੋਲ ਦੁਬਾਰਾ ਆਪਣੇ ਮੁੜ ਕੇ ਦੱਸੋ, ਇਹ ਜਿਹੜੀ ਮੈਂ ਸਵਾਲ ਵੀਰ ਜੀ ਨੂੰ ਪੁੱਛਿਆ, ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਕਿ ਜਿਹੜੇ ਕੁਛ ਲੋਕ ਨੇ ਉਹਨਾਂ ਨੇ ਪ੍ਰਚਾਰਿਆ ਹੋਇਆ ਕਿ ਜੇ ਤੁਸੀਂ ਗੁਰਬਾਣੀ ਪੜੋਗੇ ਗਲਤ ਪੜੇਗੀ ਪਾਪ ਲੱਗੂਗਾ, ਤੁਹਾਨੂੰ ਕੀ ਕਾਰਨ ਹੈ, ਇਹ ਕਿਉਂ ਪ੍ਰਚਾਰਿਆ ਗਿਆ? ਦੇਖੋ ਵੀਰ ਜੀ, ਮੈਂ ਇਹ ਕਥਾ ਵਿਚਾਰ ਵਿੱਚ ਵੀ ਇਹ ਗੱਲ ਕਰਕੇ ਆਇਆ ਵੀ ਜੋ ਹੁਣ ਸਾਡਾ ਸਿੱਖ ਹੈ ਨਾ, ਜੇ ਅੱਜ ਦਾ ਸਿੱਖ ਆ, ਇਹ ਇੱਕ ਗੁਰੂ ਗ੍ਰੰਥ ਸਾਹਿਬ ਵਾਲਾ ਸਿੱਖ ਨਹੀਂ ਰਹਿ ਗਿਆ, ਇਹ ਗੁਰੂ ਗ੍ਰੰਥ ਸਾਹਿਬ ਵਾਲੀ ਸੋਚ ਵਾਲਾ ਸਿੱਖ ਨਹੀਂ ਹੈ, ਇਹ ਸਿੱਖ ਝੂਠੇ ਇਤਿਹਾਸ ਦਾ ਬਣ ਕੇ ਰਹਿ ਗਿਆ ਆ, ਕਿਉਂਕਿ ਜੋ ਅੱਜ ਪ੍ਰਸਾਰਿਆ ਜਾ ਰਿਹਾ ਧਾਰਮਿਕ ਸਟੇਜਾਂ ਤੋਂ, ਸਿੱਖ ਨੇ ਤਾਂ ਉਹੀ ਕੁਝ ਕਰਨਾ ਆ, ਅਤੇ ਫਿਰ ਉਹ ਸਿੱਖ ਸਾਡੇ ਸਾਹਮਣੇ ਆ, ਅਤੇ ਜੇ ਇੱਦਾਂ ਹੁੰਦਾ ਰਹੇਗਾ ਤਾਂ ਫਿਰ ਸਿੱਖ ਨਹੀਂ ਰਹੇਗਾ ਸਾਡਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਸਿਰਜਣਾ ਚਾਹੁੰਦੇ ਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਬੀਜ ਬੀਜਣਾ ਚਾਹੁੰਦੇ ਨੇ, ਉਹ ਬੀਜ ਨਹੀਂ ਪੁੰਗਰੇਗਾ, ਇੱਦਾਂ ਹੋਏਗਾ ਜੀ।